ਨਹੀਂ ਬਈ, ਤੁਸੀਂ ਕੀ ਸਮਝਿਆ ਕਿ ਪਾਣੀ ਦੇ ਗਲਾਸ ਤੇ ਡੇਟਾ ਸਾਇੰਸ ਦਾ ਦਮ ਕਰਾ ਕੇ ਪੀ ਲਾਂਗੇ ਤੇ ਤੁਹਾਨੂੰ ਡੇਟਾ ਸਾਇੰਸ ਆ ਜਾਈ? ਤੂੰ ਚੰਗੀ ਤਰ੍ਹਾਂ ਜਾਣਦਾ ਤੂੰ ਕਿਹਦੇ ਨਾਲ ਪੰਗਾ ਲਿੱਤਾ। ਮੈਂ ਤੁਹਾਨੂੰ ਹੁਣ ਪੰਜਾਬੀ 'ਚ ਸਿਖਾਉਣੀ, ਉਰਦੂ 'ਚ ਬਹੁਤ ਪੜ੍ਹਾ ਲਿਆ, ਆ ਜਾਓ ਫਿਰ ਸਿੱਖਦੇ ਹਾਂ। ਸਭ ਤੋਂ ਪਹਿਲਾਂ ਪਾਇਥੋਨ ਇੰਸਟਾਲ ਕਰ ਲਓ ਆਪਣੇ ਕੰਪਿਊਟਰਾਂ 'ਚ। ਦੂਜੀ ਸ਼ੈ VS ਕੋਡ ਇੰਸਟਾਲ ਕਰ ਲਓ ਅਤੇ ਤੀਜੀ ਸ਼ੈ ਆਪਣੇ ਦਿਮਾਗ ਦੀ ਬੱਤੀ 'ਚ ਲਾ ਲਓ, ਬੱਤੀ ਨੂੰ ਆਪਣੇ ਦਿਮਾਗ 'ਚ ਇੰਸਟਾਲ ਕਰ ਲਓ। ਪੰਜਾਬੀ 'ਚ ਪਾਇਥੋਨ ਸਿਖਾ ਰਿਹਾ ਤੁਹਾਨੂੰ। ਡੇਟਾ ਸਾਇੰਸ ਕੀ ਹੁੰਦੀ ਹੈ ਛੋਟੀ ਜਿਹੀ ਜ਼ਬਾਨ 'ਚ ਤੁਹਾਨੂੰ ਦੱਸਦਾ। 2+2=4, ਅਗਰ ਇਹ 2+2+2 ਕਰੀਏ ਤਾਂ 6 ਹੋ ਜਾਂਦੇ ਨੇ। ਇਹ ਤਾਂ ਅਸੀਂ ਦਿਮਾਗ 'ਚ ਕਰ ਲਿਆ। ਵੱਡੀ ਤੋਂ ਵੱਡੀ ਕੈਲਕੂਲੇਸ਼ਨ ਹੁੰਦੀ ਹੈ ਕੈਲਕੂਲੇਟਰ 'ਤੇ, ਅਤੇ ਉਸ ਤੋਂ ਵੀ ਬਹੁਤ ਵੱਡੀ ਕੈਲਕੂਲੇਸ਼ਨ ਜਿਹੜੀ ਹੁੰਦੀ ਹੈ ਕੰਪਿਊਟਰ ਤੋਂ, ਉਹਨੂੰ ਡੇਟਾ ਸਾਇੰਸ ਕਹਿੰਦੇ ਨੇ। ਨੈਕਸਟ ਵੀਡੀਓ ਦੇਖੋ। ਜਿਸ ਸਫ਼ਰ 'ਤੇ ਮੈਂ ਜਾਣ ਲੱਗਾ ਵਾਂ, ਤੇਰੇ ਤੋਂ ਇੰਨਾ ਦੂਰ ਹੋ ਜਾਵਾਂਗਾ ਜਿੰਨੇ ਤੇਰੇ ਤੋਂ ਇਹ ਤਾਰੇ ਦੂਰ ਨੇ।